ਵਿੱਚ ਚਾਹਤ ਹੈ ਆਤਮਿਕ ਸੁੱਖ ਦੀ, ਕਿ ਕਿਤੇ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਵੇ। ਅਤੇ ਇਸੇ ਚਾਹਤ ਦੇ ਵਿੱਚ ਬਾਬਾ ਅਮਰਦਾਸ ਜੀ ਕਈ ਧਾਰਮਿਕ ਕਰਮ ਕਰਦੇ ਹਨ। ਇਤਿਹਾਸ ਦੇ ਅਨੁਸਾਰ ਕਈ ਵਾਰ ਗੰਗਾ ਦੀ ਯਾਤਰਾ ਵੀ ਕੀਤੀ ਹੈ। ਅਤੇ ਇੱਕ ਵਾਰ ਜਦੋਂ ਇੱਕ ਬ੍ਰਹਮਚਾਰੀ ਬ੍ਰਾਹਮਣ ਦੇ ਬੋਲ ਇਹ ਸੁਣਨ ਨੂੰ ਮਿਲਦੇ ਨੇ ਕਿ ਇਹ ਅਮਰਦਾਸ, ਜੇ ਤੂੰ ਨਿਗੁਰਾ ਹੈ ਤਾਂ ਤੇਰੇ ਹੱਥਾਂ ਦਾ ਖਾਣ ਕਰਕੇ ਮੇਰਾ ਵੀ ਧਰਮ ਭ੍ਰਸ਼ਟ ਹੋ ਗਿਆ, ਅਤੇ ਬ੍ਰਾਹਮਣ ਦੇ ਇਹਨਾਂ ਬਚਨਾਂ ਦੇ ਨਾਲ ਹਿਰਦੇ ਦੇ ਵਿੱਚ ਬੜੀ ਚੋਟ ਵੱਜਦੀ ਹੈ। ਅਤੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਇਹ ਮਣਾ ਤੂੰ ਇੰਨਾ ਹੀ ਮਾੜਾ ਕਿ ਤੇਰੇ ਹੱਥਾਂ ਦਾ ਖਾਣ ਦੇ ਨਾਲ ਕਿਸੇ ਦਾ ਧਰਮ ਹੀ ਭ੍ਰਸ਼ਟ ਹੋ ਜਾਵੇ। ਉਸ ਬ੍ਰਾਹਮਣ ਦੇ ਬੋਲ ਹਿਰਦੇ ਦੇ ਵਿੱਚ ਤੀਰਾਂ ਵਾਂਗ ਜਾ ਵੱਜਦੇ ਨੇ, ਅਤੇ ਨਾਲ ਹੀ ਸਾਧ ਸੰਗਤ ਮਨ ਵਿੱਚ ਨਾ ਇੱਕ ਤੰਗ ਪੈਦਾ ਹੋ ਜਾਂਦੀ ਹੈ, ਇੱਕ ਚਾਹਤ ਲੋਚਾ ਪੈਦਾ ਹੋ ਜਾਂਦੀ ਹੈ, ਸਿੱਖ ਉੱਠਦੀ ਹੈ ਕਿ ਪੂਰੇ ਗੁਰੂ ਦੀ ਪ੍ਰਾਪਤੀ ਕੀਤੀ ਜਾਵੇ, ਪੂਰੇ ਗੁਰੂ ਦਾ ਪੱਲਾ ਫੜਿਆ ਜਾਵੇ ਤਾਂ ਕਿ ਇਸ ਭਾਵ ਸਾਗਰ ਦੇ ਵਿੱਚੋਂ ਪਾਰ ਉਤਾਰਾ ਹੋ ਸਕੇ। ਹੁਣ ਇੱਦਾਂ ਦੀ ਮਨ ਦੀ ਵੇਦਨਾ ਦੇ ਵਿੱਚ ਹੀ ਬਾਬਾ ਅਮਰਦਾਸ ਜੀ ਆਪਣੇ ਪਿੰਡ ਬਾਸਰ ਕੇ ਪਹੁੰਚਦੇ ਹਨ। ਇੱਥੇ ਇੱਕ ਦਿਨ ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬੋਲ ਪੈਂਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਦੀ ਆਵਾਜ਼ ਆਉਂਦੀ ਹੈ, ਕਰਨੀ ਕਾਗਦ ਮਨ ਮਸ ਬਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਤਉ ਗੁਣ ਨਾਹੀ ਅੰਤ ਹਰੇ। ਅਤੇ ਜਦੋਂ ਇਹ ਸ਼ਬਦ ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਪੈਂਦੇ ਨੇ ਨਾ, ਤਾਂ ਮਨ ਦੀ ਭਾਵਨਾ ਇੱਦਾਂ ਦੀ ਬਣਦੀ ਹੈ ਕਿ ਜਿਵੇਂ ਭਲਿਆ ਇਹ ਤੇਰੀ ਹੀ ਅਵਸਥਾ ਇਸ ਪਾਵਨ ਬਚਨ ਦੇ ਵਿੱਚ ਤੇਰੀ ਹੀ ਦਸ਼ਾ ਬਿਆਨ ਕੀਤੀ ਜਾ ਰਹੀ ਹੈ। ਜਦੋਂ ਬਚਨ ਆਉਂਦੇ ਨੇ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਅਤੇ ਵਾਰ ਵਾਰ ਇਹੋ ਹੀ ਵਿਚਾਰ ਅੰਦਰ ਉੱਠਦਾ ਆ, ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਜਲ ਆ ਰਿਹਾ, ਬਸ ਇਸੇ ਹੀ ਭਾਵਨਾ ਦੇ ਵਿੱਚ, ਇਸੇ ਹੀ ਸ਼ਰਧਾ ਦੇ ਵਿੱਚ ਕਿ ਟੁੱਟੇ ਹੋਏ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਇਹ ਤਾਂ ਭਲਿਆ ਐਵੇਂ ਜਿਵੇਂ ਤੇਰੀ ਹੀ ਗੱਲ ਕੀਤੀ ਜਾ ਰਹੀ ਹੈ, ਤੇਰੀ ਹੀ ਦਸ਼ਾ ਬਿਆਨ ਕੀਤੀ ਜਾ ਰਹੀ ਹੋਵੇ। ਪਰ ਹੁਣ ਜਦੋਂ ਆਖਰ ਦੇ ਵਿੱਚ ਨਾ ਉਸ ਪਾਵਨ ਬਚਨ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨ ਦੇ ਵਿੱਚ, ਬਾਬਾ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਆਖਰੀ ਪੰਕਤੀਆਂ ਦੀ ਜਦੋਂ ਆਵਾਜ਼ ਆਉਂਦੀ ਹੈ ਨਾ, ਅਤੇ ਸਾਧ ਸੰਗਤ ਜਿਹੜਾ ਮਨ ਆਪਣੀ ਦਸ਼ਾ ਨੂੰ ਦੇਖਦਾ ਹੋਇਆ ਦੁੱਖ ਦੇ ਵਿੱਚ ਜਾ ਰਿਹਾ ਸੀ, ਪੀੜਾ ਦੇ ਵਿੱਚ ਜਾ ਰਿਹਾ ਸੀ, ਜਦੋਂ ਆਖਰੀ ਬਚਨ ਸੁਣਨ ਨੂੰ ਮਿਲਦੇ ਨੇ ਤਾਂ ਉਸ ਮਨ ਦੇ ਵਿੱਚ ਇੱਕ ਆਸ ਭੁੱਗਦੀ ਹੈ। ਉੱਥੇ ਫਿਰ ਇੱਕ ਆਸ ਬੱਝਦੀ ਹੈ ਕਿ ਨਹੀਂ ਭਲਿਆ, ਇੱਕ ਆਸਰਾ ਆ, ਇੱਕ ਟਿਕਾਣਾ ਆ, ਜੇ ਉਸ ਟਿਕਾਣੇ 'ਤੇ ਪਹੁੰਚਿਆ ਜਾਵੇ, ਜੇ ਉਹ ਆਸਰਾ ਲਿਆ ਜਾਵੇ, ਜੇ ਉੱਥੇ ਸ਼ਰਨ ਦੇ ਵਿੱਚ ਪਿਆ ਜਾਵੇ, ਤਾਂ ਫਿਰ ਟੁੱਟਿਆ ਹੋਇਆਂ ਦਾ ਵੀ ਉੱਥੇ ਪਾਰ ਉਤਾਰਾ ਹੋਇਆ ਜਾਂਦਾ, ਉੱਥੇ ਤਾਂ ਟੁੱਟੇ ਹੋਏ ਵੀ ਜੁੜ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨ ਦੀਆਂ ਆਖਰੀ ਪੰਕਤੀਆਂ ਕੰਨਾਂ ਵਿੱਚ ਪੈਂਦੀਆਂ ਨੇ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸਟਸ ਦੇਹਾ। ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਪਾਵਨ ਬਚਨਾਂ ਦੇ ਵਿੱਚ ਕਹਿੰਦੇ ਨੇ ਕਿ ਜੇ ਕੋਈ ਮਨੂਰ ਵੀ ਬਣ ਜਾਵੇ, ਮਨੂਰ ਦਾ ਭਾਵ ਹੁੰਦਾ ਹੈ ਸਾਧ ਸੰਗਤ ਜੀ ਸੜਿਆ ਬਲਿਆ ਲੋਹਾ, ਜੇ ਕੋਈ ਸੜੇ ਬਲੇ ਲੋਹੇ ਵਰਗਾ ਹੋ ਜਾਵੇ, ਭਾਵ ਕਿ ਮਨ ਵਿਕਾਰਾਂ ਦੇ ਵਿੱਚ ਮਾੜੇ ਕਰਮਾਂ ਦੇ ਵਿੱਚ ਸੜ ਬਣ ਚੁੱਕਾ ਹੋਵੇ, ਪਰ ਜੇ ਇੱਦਾਂ ਦਾ ਮਨ ਵੀ ਕਿਤੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਕਿਤੇ ਐਸਾ ਇਨਸਾਨ ਸਤਿਗੁਰੂ ਦੀ ਸੰਗਤ ਵਿੱਚ ਆ ਜਾਵੇ, ਅਤੇ ਸਤਿਗੁਰੂ ਦੀ ਸੰਗਤ ਵਿੱਚ ਐਸਾ ਇਨਸਾਨ ਅੰਮ੍ਰਿਤ ਨਾਮ ਦੀ ਦਾਤ ਦੀ ਪ੍ਰਾਪਤੀ ਕਰਕੇ ਸੋਨੇ ਵਰਗਾ ਬਣ ਜਾਂਦਾ ਹੈ। ਹੁਣ ਜਦੋਂ ਇਹ ਬਚਨ ਸੁਣਨ ਨੂੰ ਮਿਲਦੇ ਨੇ ਸਾਧ ਸੰਗਤ ਜੀ, ਅਤੇ ਮਨ ਵਿੱਚ ਨਾ ਫਿਰ ਭਾਵਨਾ ਪੈਦਾ ਹੁੰਦੀ ਹੈ, ਮਨ ਵਿੱਚ ਸ਼ਰਧਾ ਜਾਗਦੀ ਆ, ਪਿਆਰ ਪੈਦਾ ਹੁੰਦਾ ਆ ਕਿ ਜਿਸ ਮਹਾਂਪੁਰਖ ਦੇ ਇਹ ਬੋਲ ਨੇ ਉਸ ਮਹਾਂਪੁਰਖ ਦੇ ਕੋਲ ਪਹੁੰਚਿਆ ਜਾਵੇ, ਕਿਉਂਕਿ ਇਹੀ ਇੱਕੋ ਇੱਕ ਟਿਕਾਣਾ ਮੈਨੂੰ ਲੱਗਦਾ ਆ ਕਿ ਜਿੱਥੇ ਜਾ ਕੇ ਜੀਵਨ ਦਾ ਪਾਰ ਉਤਾਰਾ ਹੋ ਸਕਦਾ ਆ। ਦਿਨ ਚੜ੍ਹਦਾ ਬਾਬਾ ਅਮਰਦਾਸ ਜੀ ਜਿੱਥੋਂ ਇਹ ਆਵਾਜ਼ ਆਉਂਦੀ ਹੈ, ਬੀਬੀ ਅਮਰੋ ਜੀ ਉਹਨਾਂ ਦੇ ਕੋਲ ਪਹੁੰਚਦੇ ਹਨ। ਬੀਬੀ ਅਮਰੋ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਪੁੱਤਰੀ ਹਨ।
ਜਿਨ੍ਹਾਂ ਦਾ ਵਿਆਹ ਬਾਬਾ ਅਮਰਦਾਸ ਜੀ ਦੇ ਛੋਟੇ ਭਰਾਤਾ ਭਾਈ ਮਾਣਕ ਚੰਦ ਜੀ ਦੇ ਪੁੱਤਰ ਭਾਈ ਜੱਸੂ ਜੀ ਦੇ ਨਾਲ ਹੋਇਆ। ਅਤੇ ਬੀਬੀ ਅਮਰੋ ਜੀ ਅਕਸਰ ਹੀ ਘਰ ਦੇ ਵਿੱਚ ਜਦੋਂ ਘਰ ਦੇ ਕੰਮ ਕਾਜ ਕਰਦੇ ਨੇ ਅਤੇ ਬਾਣੀ ਦਾ ਪਾਠ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਬਾਣੀ ਦੇ ਪਾਠ ਦੇ ਵਿੱਚ ਜੁੜਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜਦੇ ਹਨ। ਅਤੇ ਇਹ ਬੀਬੀ ਅਮਰੋ ਜੀ ਦੇ ਕੋਲ ਬਾਬਾ ਅਮਰਦਾਸ ਜੀ ਪਹੁੰਚਦੇ ਨੇ ਅਤੇ ਪੁੱਛਦੇ ਨੇ ਕਿ ਪੁੱਤਰੀਏ, ਇਹ ਜਿਹੜੇ ਬੜੇ ਪਿਆਰੇ ਬਚਨਾਂ ਦਾ ਪਾਠ ਤੁਸੀਂ ਅੰਮ੍ਰਿਤ ਵੇਲੇ ਕਰ ਰਹੀ ਸੀ, ਸਵੇਰੇ ਕਰ ਰਹੀ ਸੀ, ਇਹ ਬਚਨ ਕਿਹੜੇ ਮਹਾਂਪੁਰਖ ਦੇ ਨੇ? ਮੈਂ ਸਾਧ ਸੰਗਤ ਇੱਥੇ ਇੱਕ ਬੇਨਤੀ ਕਰਾਂ, ਗੁਰਮੁਖ ਪਿਆਰਿਆਂ ਨੇ ਨਾ ਇੱਕ ਬੜੀ ਭਾਵਨਾ ਦੇ ਨਾਲ ਗੱਲ ਲਿਖੀ ਹੈ। ਉਹ ਕਹਿੰਦੇ ਕਿ ਦੇਖੋ, ਬੀਬੀ ਅਮਰੋ ਜੀ ਨੇ ਬਾਣੀ ਉਚਾਰਨ ਕੀਤੀ ਅਤੇ ਬੀਬੀ ਅਮਰੋ ਜੀ ਦੁਆਰਾ ਪੜ੍ਹੇ ਗਏ ਇੱਕ ਸ਼ਬਦ ਦਾ ਅਸਰ ਹੀ ਬਾਬਾ ਅਮਰਦਾਸ ਜੀ ਦੇ ਜੀਵਨ ਨੂੰ ਬਦਲ ਦਿੰਦਾ ਹੈ। ਕਹਿੰਦੇ ਇਹ ਸਾਰੀ ਖੇਡ ਕਿਵੇਂ ਵਾਪਰਦੀ ਹੈ, ਇਸ ਗੱਲ ਨੂੰ ਸਮਝਣਾ ਸਾਧ ਸੰਗਤ। ਕਹਿੰਦੇ ਖਿਆਲ ਕਰੋ, ਇੱਕ ਪਾਸੇ ਸ਼ਬਦ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ, ਪੜ੍ਹਨ ਵਾਲੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸਪੁੱਤਰੀ ਹੈ, ਵੇਲਾ ਅੰਮ੍ਰਿਤ ਵੇਲੇ ਦਾ ਸੁਹਾਵਣਾ ਵੇਲਾ ਹੈ ਅਤੇ ਸੁਣਨ ਵਾਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਹਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਦੀ ਪ੍ਰਾਪਤੀ ਦੀ ਸਿੱਕ ਲੱਗੀ ਹੋਈ ਹੈ, ਤਾਂਘ ਪੈਦਾ ਹੋਈ ਹੋਈ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ, ਬਾਬਾ ਅਮਰਦਾਸ ਜੀ ਜਦੋਂ ਬੀਬੀ ਅਮਰੋ ਜੀ ਨੂੰ ਪੁੱਛਦੇ ਨੇ ਅਤੇ ਬੀਬੀ ਅਮਰੋ ਜੀ ਉਹਨਾਂ ਨੂੰ ਦੱਸਦੇ ਨੇ ਕਿ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਭਾਵੇਂ ਸਰੀਰ ਦਾ ਚੋਲਾ ਤਿਆਗ ਚੁੱਕੇ ਨੇ, ਭਾਵੇਂ ਜੋਤੀ ਜੋਤ ਸਮਾ ਚੁੱਕੇ ਨੇ ਸਰੀਰਕ ਤੌਰ 'ਤੇ, ਪਰ ਉਹਨਾਂ ਦੀ ਜੋਤ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਮੇਰੇ ਪਿਤਾ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਸੁਸ਼ੋਭਿਤ ਹਨ। ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ ਮੈਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਲੈ ਚੱਲੋ। ਸਾਧ ਸੰਗਤ ਜੀ, ਇਹ ਦੋਨੋਂ ਬਾਬਾ ਅਮਰਦਾਸ ਜੀ ਅਤੇ ਬੀਬੀ ਅਮਰੋ ਜੀ, ਇਹ ਦੋਨੋਂ ਹੀ ਖਡੂਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ। ਜਦੋਂ ਇੱਥੇ ਪਹੁੰਚਦੇ ਨੇ ਕਿ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਬੀਬੀ ਅਮਰੋ ਜੀ ਇਕੱਲੇ ਅੱਗੇ ਗੁਰੂ ਦਰਬਾਰ ਵਿੱਚ ਜਾਂਦੇ ਨੇ ਅਤੇ ਬਾਬਾ ਅਮਰਦਾਸ ਜੀ ਨੂੰ ਬਾਹਰ ਬਿਠਾਲ ਜਾਂਦੇ ਨੇ। ਉਹ ਇਕੱਲੇ ਜਾਂਦੇ ਨੇ ਕਿ ਮੈਂ ਆਪਣੇ ਪਿਤਾ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਲਵਾਂ। ਹੁਣ ਜਦੋਂ ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਕੋਲ ਪਹੁੰਚਦੇ ਨੇ ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਅੰਤਰਜਾਮੀ ਜਾਣੀ ਜਾਣ ਸਤਿਗੁਰੂ ਪਾਤਸ਼ਾਹ ਜੀ ਬੀਬੀ ਅਮਰੋ ਜੀ ਨੂੰ ਕਹਿੰਦੇ ਨੇ ਕਿ ਧੀਏ, ਜਿਨ੍ਹਾਂ ਨੂੰ ਘਰ ਤੋਂ ਨਾਲ ਤੋਰ ਕੇ ਲਿਆਏ ਹੋ ਉਹਨਾਂ ਨੂੰ ਬਾਹਰ ਨਾ ਬਿਠਾਓ, ਉਹਨਾਂ ਨੂੰ ਇੱਥੇ ਦਰਬਾਰ ਦੇ ਵਿੱਚ ਲੈ ਕੇ ਆਓ। ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚਦੇ ਹਨ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬਾਬਾ ਅਮਰਦਾਸ ਜੀ ਦਾ ਬੜਾ ਸਤਿਕਾਰ ਕਰਦੇ ਨੇ, ਆਓ ਭਗਤ ਕਰਦੇ ਨੇ, ਆਦਰ ਮਾਣ ਕਰਦੇ ਹਨ ਅਤੇ ਬਾਬਾ ਅਮਰਦਾਸ ਜੀ ਦਾ ਜਦੋਂ ਸਤਿਕਾਰ ਕਰਦੇ ਨੇ ਅਤੇ ਬਾਬਾ ਅਮਰਦਾਸ ਜੀ ਨਾ ਉੱਥੇ ਹੱਥ ਜੋੜ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਕਹਿੰਦੇ ਪਾਤਸ਼ਾਹ ਜੀ, ਅੱਜ ਮੈਂ ਤੁਹਾਡੇ ਕੁੜਮ ਦੇ ਰੂਪ ਵਿੱਚ ਇੱਥੇ ਤੁਹਾਡੇ ਕੋਲ ਨਹੀਂ ਆਇਆ, ਅੱਜ ਮੈਂ ਤੁਹਾਡੀ ਧੀ ਦੇ ਸਹੁਰੇ ਦੇ ਰੂਪ ਵਿੱਚ ਮੈਂ ਤੁਹਾਡੇ ਕੋਲ ਨਹੀਂ ਆਇਆ, ਅੱਜ ਤਾਂ ਮੈਂ ਇੱਕ ਮੰਗਤੇ ਦੇ ਰੂਪ ਦੇ ਵਿੱਚ ਇੱਕ ਦਾਤੇ ਦੇ ਕੋਲ ਆਇਆ ਹਾਂ, ਮੰਗਤਾ ਬਣ ਕੇ ਆਇਆ ਹਾਂ, ਜਾਚਕ ਬਣ ਕੇ ਆਇਆ ਹਾਂ, ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿਓ, ਮੈਨੂੰ ਆਪਣੇ ਚਰਨਾਂ ਦਾ ਭੌਰਾ ਬਣਾ ਲਓ। ਸਾਧ ਸੰਗਤ, ਇਹ ਭਾਵਨਾ ਆ ਬਾਬਾ ਅਮਰਦਾਸ ਜੀ ਦੀ। ਅਤੇ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੇ ਨਾ ਬੜੇ ਪਿਆਰੇ ਬਚਨ ਨੇ, ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਇੱਕ ਕਦਮ ਗੁਰੂ ਵੱਲ ਪੁੱਟ ਅਤੇ ਗੁਰੂ ਕਰੋੜਾਂ ਕਦਮ ਅੱਗੇ ਚੱਲ ਕੇ ਤੈਨੂੰ ਆਪਣੇ ਕੋਲ ਲੈਣ ਆਉਣਗੇ। ਸਾਧ ਸੰਗਤ, ਇੱਥੇ ਜਿਹੜੇ ਕਦਮਾਂ ਦੀ ਗੱਲ ਹੈ ਉਹ ਆ ਪੈਰਾਂ ਦੇ ਕਦਮ ਨਹੀਂ, ਇੱਥੇ ਗੱਲ ਹੈ ਸ਼ਰਧਾ ਦੇ, ਪਿਆਰ ਦੇ, ਭਾਵਨਾ ਦੇ ਕਦਮਾਂ ਦੀ ਗੱਲ, ਵਿਸ਼ਵਾਸ ਦੇ ਕਦਮਾਂ ਦੀ ਗੱਲ। ਤੂੰ ਭਾਵਨਾ ਕਰਕੇ ਇੱਕ ਕਦਮ ਤਾਂ ਗੁਰੂ ਵੱਲ ਪੁੱਟ, ਭਾਵ ਕਿ ਤੇਰੇ ਅੰਦਰ ਭਾਵਨਾ ਤਾਂ ਪੈਦਾ ਹੋਵੇ, ਤੇਰੇ ਅੰਦਰ ਸ਼ਰਧਾ ਤਾਂ ਪੈਦਾ ਹੋਵੇ, ਪਿਆਰ ਤਾਂ ਪੈਦਾ ਹੋਵੇ, ਅੰਦਰ ਉਹ ਤਾਂਗ ਉਹ ਮਿਲਣ ਦੀ ਲੋਚਾ ਤਾਂ ਕਿਤੇ ਪੈਦਾ ਹੋ ਜਾਵੇ ਜਿਵੇਂ ਬਾਬਾ ਅਮਰਦਾਸ ਜੀ ਦੇ ਮਨ ਦੇ ਵਿੱਚ ਹੋਈ, ਅਤੇ ਫਿਰ ਸਤਿਗੁਰੂ ਪਾਤਸ਼ਾਹ ਆਪ ਹੀ ਬਖਸ਼ਿਸ਼ ਕਰਦੇ ਨੇ। ਜਿੱਥੇ ਭਾਵਨਾ ਪੈਦਾ ਹੋ ਜਾਵੇ ਨਾ,
ਉੱਥੇ ਫਿਰ ਸਤਿਗੁਰੂ ਪਾਤਸ਼ਾਹ ਜੀ ਆਪ ਹੀ ਬਖਸ਼ਿਸ਼ ਕਰਕੇ ਬਿੱਧ ਬਣਾ ਕੇ ਆਪਣੇ ਸਿੱਖ ਨੂੰ ਆਪਣੀ ਸੰਗਤ ਬਖਸ਼ਿਸ਼ ਕਰ ਦਿੰਦੇ ਨੇ। ਕਿਤੇ ਮਾਲਕ ਪਰਮਾਤਮਾ ਦੀ ਕਿਰਪਾ ਹੋ ਜਾਵੇ, ਜਿੱਦਾਂ ਦੀ ਭਾਵਨਾ ਬਾਬਾ ਅਮਰਦਾਸ ਜੀ ਦੀ ਬਣੀ ਸੀ, ਕਿਤੇ ਇੱਦਾਂ ਦੀ ਸਾਡੀ ਵੀ ਬਣ ਸਕੇ।